ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਯੋਧੇਵਾਲ ਵਿਖੇ ਹੋਈ ਮੀਟਿੰਗ ਦੇ ਵਿੱਚ ਸੰਵਿਧਾਨ ਬਚਾਓ ਸੰਘਰਸ਼ ਦੇ ਆਗੂਆਂ ਨੇ 10 ਅਪ੍ਰੈਲ ਨੂੰ ਭਾਰਤ ਬੰਦ ਦੇ ਵਾਇਰਲ ਹੋ ਰਹੇ ਮੈਸੇਜ ਨੂੰ ਸੋਸ਼ਲ ਮੀਡੀਆ ਦੀ ਪੈਦਾਇਸ਼ ਦੱਸਿਆ। ਇਸ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜੁੜੇ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੇ ਵੱਲੋਂ ਦੇਸ਼ ਭਰ ਦੇ OBC ਭਾਵ ਪਿਛੜੀਆਂ ਜਾਤੀਆਂ ਦੇ ਸੰਗਠਨਾਂ ਦੇ ਨਾਲ ਗੱਲ ਹੋਈ ਹੈ ਅਤੇ ਉਹਨਾਂ ਸੰਗਠਨਾਂ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ 10 ਅਪ੍ਰੈਲ ਨੂੰ ਨਾ ਤਾਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਨਾ ਹੀ ਇਸ ਸੰਬੰਧੀ ਕਿਸੇ ਨੂੰ ਸਮਰਥਨ ਦਿੱਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੈਸੇਜ ਵਾਇਰਲ ਹੋ ਰਿਹਾ ਜਿਸ ਦੇ ਵਿੱਚ OBC ਦੇ ਵੱਲੋਂ 10 ਅਪ੍ਰੈਲ ਨੂੰ ਭਾਰਤ ਬੰਦ ਦਾ ਸੱਦਾ ਦਰਸਾਇਆ ਗਿਆ। ਦੇਖੋ, 2 ਅਪ੍ਰੈਲ ਨੂੰ ਜੋ ਸੁਪਰੀਮ ਕੋਰਟ ਜੀ ਦਾ ਆਰਡਰ ਹੋਇਆ ਸੀਗਾ ਉਹਦੇ ਉਪਲਕਸ਼ ਦੇ ਵਿੱਚ, ਜੋ 20 ਮਾਰਚ ਨੂੰ ਹੋਇਆ ਸੀ ਉਸਦੇ ਉਪਲਕਸ਼ 'ਚ ਭਾਰਤ ਬੰਦ 2 ਅਪ੍ਰੈਲ ਨੂੰ ਕੀਤਾ ਗਿਆ ਸੀ। ਹੁਣ ਵਾਇਰ ਹੋ ਰਹੀ ਹੈ ਇਹ ਖਬਰ ਬਹੁਤ ਜ਼ਿਆਦਾ ਕਿ 10 ਅਪ੍ਰੈਲ ਨੂੰ SC ਤੋਂ ਇਲਾਵਾ, SC ST ਤੋਂ ਇਲਾਵਾ OBC, BC ਅਤੇ ਜਨਰਲ ਕੈਟਾਗਰੀ ਵਾਲੇ ਵੀ ਭਾਰਤ ਬੰਦ ਕਰਨ ਜਾ ਰਹੇ ਆ, ਜੋ ਕਿ ਵੈਸੇ ਸੁਣਨ 'ਚ ਹੀ ਆ ਰਹੀ ਆ ਜਾਂ ਵਾਇਰਲ ਹੀ ਹੋ ਰਹੀ ਆ। ਸਾਨੂੰ ਇਹਦੇ 'ਚ ਸੱਚਾਈ ਜ਼ਿਆਦਾ ਨਹੀਂ ਨਜ਼ਰ ਆ ਰਹੀ ਹੈਗੀ, ਪਰ ਅਸੀਂ ਫਿਰ ਵੀ ਆਪਣੇ ਪੱਧਰ 'ਤੇ OBC ਦੇ ਜਿੰਨੇ ਵੀ ਸਾਡੇ ਭਰਾ ਨੇ ਜਾਂ ਜਨਰਲ ਕੈਟਾਗਰੀ ਦੇ ਸਾਡੇ ਜਿੰਨੇ ਵੀ ਭਰਾ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਅਤੇ ਸਾਨੂੰ ਵੀ ਇਸ ਤਰ੍ਹਾਂ ਦਾ ਕੋਈ ਬੰਦ ਦਾ ਉਹ ਨਾ ਕਰਨ, ਕਿਉਂਕਿ ਟਕਰਾਅ ਸਾਡਾ ਨਾ ਜਨਰਲ ਵਾਲਿਆਂ ਨਾਲ ਆ ਨਾ ਹੀ OBC ਦੇ ਨਾਲ ਆ, ਸਾਡਾ ਜੋ ਵੀ ਹੈ ਉਹ ਪ੍ਰਸ਼ਾਸਨ ਦੇ ਨਾਲ ਆ। ਸੰਵਿਧਾਨ ਬਚਾਓ ਮੋਰਚਾ ਜਿਹੜਾ ਵਾ ਉਹ ਵੱਖੋ ਵੱਖ ਸੰਗਠਨ ਜਿੰਨੇ ਵੀ ਸਾਡੇ ਪੂਰੇ ਭਾਰਤ ਦੇ SC ਕੈਟਾਗਰੀ ਨਾਲ ਸੰਬੰਧ ਰੱਖਦੇ ਆ ਉਹ ਸਾਰੇ ਮਿਲ ਕੇ ਮੀਟਿੰਗ ਕਰ ਰਹੇ ਆ। ਦੂਜੀ ਗੱਲ ਜਿਹੜੀ 10 ਤਰੀਕ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ, ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਟਕਰਾਓ ਨਹੀਂ ਆ, ਹੋ ਸਕਦਾ ਕੋਈ ਅਫਵਾਹ ਵੀ ਹੋ ਸਕਦੀ ਇਸ ਗੱਲ ਦੀ। ਸਾਡੀ ਸਿਰਫ ਤਾਂ ਸਿਰਫ ਹੈ ਸੰਵਿਧਾਨ ਦੀ ਰਾਖੀ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਜੋ ਤੁਹਾਨੂੰ ਰਾਈਟਸ ਦਿੱਤੇ ਆ, ਔਰ ਪਿਛਲੇ ਦਿਨੀ ਜੋ ਇੱਕ 20 ਮਾਰਚ ਨੂੰ ਜੋ ਇੱਕ ਫੈਸਲਾ ਆਇਆ ਸੀ ਜੋ ਮਾਨਿਆ ਸੁਪਰੀਮ ਕੋਰਟ ਵੱਲੋਂ ਆਇਆ ਸੀ ਕਿ ਇੱਕ ਜੱਜ ਸਾਹਿਬ ਨੇ ਜੋ SC ST ਐਕਟ ਨੂੰ ਜੋ ਕਮਜ਼ੋਰ ਕੀਤਾ ਗਿਆ ਸੀ, ਸਾਡਾ ਸਿਰਫ ਤਾਂ ਸਿਰਫ ਇਹ ਹੈ ਕਿ ਜੋ ਅਸੀਂ 2 ਅਪ੍ਰੈਲ ਨੂੰ ਪੂਰਾ ਭਾਰਤ ਬੰਦ ਕਰਿਆ ਔਰ ਬੜੀ ਸ਼ਾਂਤੀਮਈ ਅਸੀਂ ਉਹਦਾ ਪ੍ਰਦਰਸ਼ਨ ਕਰਿਆ, ਔਰ ਉਹਦੇ ਨਾਲ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਵਾ ਨੂੰ ਵੀ ਜੋ ਸਾਡਾ ਸੰਵਿਧਾਨ ਹੈ ਜੋ ਸਾਡਾ SC ST ਐਕਟ ਹੈ ਉਹਨੂੰ ਉਸੇ ਤਰ੍ਹਾਂ ਐਜਿਟ ਉਹਨੂੰ ਬਹਾਲ ਕੀਤਾ ਜਾਵੇ। ਜੋ 2 ਅਪ੍ਰੈਲ ਨੂੰ ਪੂਰਾ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਜਿਹੜਾ ਭਾਰਤ ਬੰਦ ਪੂਰਨ ਸਫਲ ਰਿਹਾ, ਜਿੱਥੇ ਮੈਂ ਸਾਰੇ ਬੰਦ ਕਰਨ ਵਾਲਿਆਂ ਨੂੰ ਵਧਾਈ ਦਿੰਦਾ ਔਰ ਉੱਥੇ ਨਾਲ ਦੀ ਨਾਲ ਖਾਸ ਕਰਕੇ ਜਿਹੜਾ ਸਾਡਾ ਲੁਧਿਆਣੇ ਦਾ ਪ੍ਰਸ਼ਾਸਨ ਔਰ ਜਿਹੜੇ ਆਮ ਸ਼ਹਿਰ ਵਾਸੀ ਹੈ ਉਹਨਾਂ ਨੇ ਵੀ ਸਾਡਾ ਇਸ ਬੰਦ ਦੇ ਵਿੱਚ ਸਹਿਯੋਗ ਕੀਤਾ ਔਰ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾ ਜਿਹੜੀ ਹੈਗੀ ਉਹ ਘਟੀ ਨਹੀਂ। ਉਹਦੇ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਬਹੁਤ ਵੱਡਾ ਇੱਕ ਇਸ਼ੂ ਹੈ ਦਲਿਤ ਸਮਾਜ ਦਾ ਅਤੇ ਜਿਹਦੇ ਲਈ ਇਹ ਇਕੱਠੇ ਹੋਏ ਆ। ਅਤੇ ਅੱਜ ਦੀ ਮੀਟਿੰਗ ਜਿੱਥੇ ਅਸੀਂ ਸਾਰਿਆਂ ਦਾ ਧੰਨਵਾਦ ਕੀਤਾ, ਉੱਥੇ ਇੱਕ ਗੰਭੀਰ ਮੈਟਰ ਜਿਹੜਾ ਹੈ ਉਹ ਇਹ ਹੈ ਕਿ ਕੁਛ ਪਤਾ ਨਹੀਂ ਸੱਚੀ ਖਬਰ ਹੈ ਜਾਂ ਫੇਕ ਨਿਊਜ਼ ਹੈ ਕਿ 10 ਅਪ੍ਰੈਲ ਨੂੰ ਕੁਛ ਲੋਕ ਭਾਰਤ ਬੰਦ ਦੀ ਕਾਲ ਦੇ ਰਹੇ। ਹਾਂ, ਕੋਈ ਇਸ ਦੇਸ਼ ਦੇ ਵਿੱਚ ਲੋਕਤੰਤਰ ਆ, ਕੋਈ ਬੰਦ ਦੀ ਕਾਲ ਦੇ ਰਿਹਾ ਦੇ ਸਕਦਾ, ਜੇ ਉਹਨਾਂ ਦੀ ਕੋਈ ਸਮੱਸਿਆ ਹੋਵੇ ਜਿਹੜੇ ਲੋਕ ਕਾਲ ਦੇ ਰਹੇ ਤਾਂ ਸਾਨੂੰ ਕੋਈ ਦਿੱਕਤ ਨਹੀਂ। ਲੇਕਿਨ ਜੇਕਰ ਕੋਈ ਵਿਅਕਤੀ ਸਾਡੇ ਇਸ 2 ਤਰੀਕ ਦੇ ਬੰਦ ਨੂੰ ਦੇਖ ਕੇ ਸਾਡੇ ਵਿਰੋਧ ਦੇ ਵਿੱਚ ਕਾਲ ਦੇ ਰਿਹਾ ਔਰ ਉਹਦਾ ਫਿਰ ਜਿਹੜਾ ਸਮਾਜ ਅੱਜ ਫੈਸਲਾ ਕਰੇਗਾ
ਕਿ ਅਸੀਂ ਉਹਨਾਂ ਦਾ ਵਿਰੋਧ ਕਰਨਾ ਹੈ, ਕਿਸ ਤਰੀਕੇ ਨਾਲ ਕਰਨਾ। ਦੂਸਰਾ ਸਾਡਾ ਇਸ਼ੂ ਹੈ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ, ਜਿਹੜੀ ਅਸੀਂ ਜਥੇਬੰਦੀ ਗਠਿਤ ਕੀਤੀ ਸੰਵਿਧਾਨ ਬਚਾਓ ਮੋਰਚਾ, ਉਸ ਪਲੇਟਫਾਰਮ ਦੇ ਤਹਿਤ ਪੂਰੇ ਲੁਧਿਆਣੇ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ। ਔਰ ਇਨ ਬਿਟਵੀਨ ਜੇਕਰ ਸਾਡੇ ਕੋਈ ਵਿਰੋਧ ਦੇ ਵਿੱਚ ਕੋਈ ਪ੍ਰਦਰਸ਼ਨ ਕਰਦਾ, ਬੰਦ ਕਰਦਾ, ਤਾਂ ਫਿਰ ਅਸੀਂ ਉਹਨਾਂ ਦਾ ਵਿਰੋਧ ਕਿਸ ਤਰ੍ਹਾਂ ਕਰਨਾ, ਬਾਬਾ ਸਾਹਿਬ ਦਾ ਜਨਮ ਦਿਨ ਮਨਾਉਣਾ ਜਾਂ ਨਹੀਂ ਮਨਾਉਣਾ, ਜਾਂ ਸਾਡੀ ਅਗਲੀ ਕੀ ਸਖ਼ਤ ਮੂਵਮੈਂਟ ਹੋਊਗੀ, ਉਹ ਉਹਦੇ ਖਿਲਾਫ਼ ਅਸੀਂ ਅੱਜ ਫੈਸਲਾ ਕਰਾਂਗੇ। ਲੁਧਿਆਣਾ ਤੋਂ ਗੁਰਿੰਦਰ ਕੌਰ ਮਹਿਦੂਦਾਂ ਦੀ ਰਿਪੋਰਟ।